ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਧਰਮ ਪਤਨੀ ਸ਼ਬਨਮ ਢਿੱਲੋਂ, ਜਿਨ੍ਹਾਂ ਦਾ ਬੀਤੇ ਕੱਲ੍ਹ ਲੰਡਨ ਵਿਖੇ ਦੇਹਾਂਤ ਹੋ ਗਿਆ। ਕਿਆਸ ਰਾਈਆਂ ਇਹੀ ਲਗਾਈਆਂ ਜਾ ਰਹੀਆਂ ਸੀ ਵੀ ਡੇਰੇ ਵੱਲੋਂ ਜਿਹੜਾ 29-30 ਅਤੇ 1 ਦਸੰਬਰ ਨੂੰ ਦਿੱਲੀ ਅਤੇ 2-3 ਦਸੰਬਰ ਨੂੰ ਦੁਬਈ ਵਿਖੇ ਸਤਸੰਗ ਦਾ ਪ੍ਰੋਗਰਾਮ ਹੈ ਉਹ ਸ਼ਾਇਦ ਰੱਦ ਹੋ ਸਕਦਾ ਹੈ, ਪਰ ਡੇਰੇ ਦੇ ਵੱਲੋਂ ਅਧਿਕਾਰਿਕ ਪੁਸ਼ਟੀ ਕੀਤੀ ਗਈ ਹੈ ਵੀ ਜਿਹੜੇ ਵੀ ਪ੍ਰੋਗਰਾਮ ਪ੍ਰੀ ਪਲਾਨਡ ਨੇ ਉਹ ਉਸੇ ਤਰ੍ਹਾਂ ਹੀ ਹੋਣਗੇ ਅਤੇ 4 ਤਰੀਕ ਨੂੰ ਸ਼ਬਨਮ ਢਿੱਲੋਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਇੱਥੇ ਡੇਰੇ ਵਿੱਚ ਲਿਆਈ ਜਾ ਸਕਦੀ ਹੈ। ਇਹ ਕਿਆਸਾਈਆਂ ਲਗਾਈਆਂ ਜਾ ਰਹੀਆਂ, ਪਰ ਇਸ ਤਰੀਕ ਦੀ ਡੇਰੇ ਵੱਲੋਂ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਜਾ ਰਹੀ, ਕਿਉਂਕਿ ਗੱਲ ਕੀਤੀ ਜਾਵੇ 6 ਤਰੀਕ ਦੀ ਤਾਂ ਇੱਥੇ ਡੇਰੇ ਅੰਦਰ ਨਾਮਦਾਨ ਲਈ ਪਰਚੀ ਰਜਿਸਟ੍ਰੇਸ਼ਨ ਹੋਣੀ ਹੈ, ਉਸ ਤੋਂ ਬਾਅਦ 8 ਤਰੀਕ ਨੂੰ ਬਾਬਾ ਜੀ ਦਾ ਸਤਸੰਗ ਹੈ। ਇਸ ਲਈ 4 ਅਤੇ 5 ਦਸੰਬਰ ਹੀ ਜਿਹੜੀਆਂ ਤਰੀਕਾਂ ਨੇ ਉਹ ਜਿਹੜੀਆਂ ਉਹ ਬਚਦੀਆਂ ਵਿਖਾਈ ਦਿੰਦੀਆਂ ਨੇ। ਕੈਮਰਾ ਪਰਸਨ ਮੁਕੇਸ਼ ਬਾਬਾ ਨਾਲ ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਬਿਆਸ।